ਇਹਨਾਂ ਦੀ ਡੈਥ ਗਏ ਸੀਗੇ ਅਨੰਦਪੁਰ ਸਾਹਿਬ ਮੱਥਾ ਟੇਕਣ, ਅਤੇ ਸੁਬਹਾ ਦੇ ਟਾਈਮ ਆਉਂਦੇ ਸਮੇਂ ਸਪੀਡ ਬ੍ਰੇਕਰ ਨਾਲ ਗੱਡੀ ਯਾਨੀ ਕਿ ਓਵਰ ਸਪੀਡ ਹੋ ਕੇ ਅਤੇ ਟਰੱਕ ਦੇ ਨਾਲ ਟਕਰਾ ਗਈ ਸੀ, ਉਹਦੇ ਕਰਕੇ ਉਹਨਾਂ ਦੀ ਡੈਥ ਹੋ ਗਈ। ਕਿ ਜੋ ਵੀ ਮੱਧਵਗੀ ਜਿਹੜਾ ਐਕਸੀਡੈਂਟ ਹੋਇਆ ਹੈ ਉਹਦੇ ਨਾਲ ਸਾਨੂੰ ਬੜਾ ਦੁੱਖ ਹੈ ਕਿ ਇਹਨਾਂ ਦਾ ਜੋ ਵੀ ਐਕਸਪੀਰੀਅੰਸ ਹੈ ਬਹੁਤ ਵਧੀਆ ਸੈਨਿਕ ਹੀ ਸਾਡੀ ਯੂਨਿਟ ਦੇ, ਅਤੇ ਸਾਰਿਆਂ ਨੂੰ ਬੜਾ ਗਮ ਹੈ ਸਾਡੀ ਯੂਨਿਟ ਨੂੰ, ਸਾਡੇ CO ਸਾਹਿਬ ਨੂੰ, ਸਾਡੇ ਸੂਬੇਦਾਰ ਮੇਜਰ ਐਸ ਸਾਹਿਬ ਨੂੰ, ਜੋ ਵੀ ਆ ਮੱਧਵਗੀ ਮਤਲਬ ਜੋ ਐਕਸੀਡੈਂਟ ਹੋਇਆ। ਭਾਅ ਜੀ ਮੇਰਾ ਛੋਟਾ ਭਰਾ ਹਰਦੀਪ ਸਿੰਘ ਹੈ, ਮੈਂ ਉਹਦਾ ਵੱਡਾ ਭਰਾ ਹਾਂ ਕੁਲਦੀਪ ਸਿੰਘ। ਇਹਨਾਂ ਦੀ ਡੈਥ ਗਏ ਸੀਗੇ ਅਨੰਦਪੁਰ ਸਾਹਿਬ ਮੱਥਾ ਟੇਕਣ, ਅਤੇ ਸੁਬਹਾ ਦੇ ਟਾਈਮ ਆਉਂਦੇ ਸਮੇਂ ਸਪੀਡ ਬ੍ਰੇਕਰ ਨਾਲ ਗੱਡੀ ਯਾਨੀ ਕਿ ਓਵਰ ਸਪੀਡ ਹੋ ਕੇ ਅਤੇ ਟਰੱਕ ਦੇ ਨਾਲ ਟਕਰਾ ਗਈ ਸੀ, ਉਹਦੇ ਕਰਕੇ ਉਹਨਾਂ ਦੀ ਡੈਥ ਹੋ ਗਈ। ਪਹਿਲੇ ਤਾਂ ਕਮਾਂਡ ਹੋਸਪਿਟਲ 'ਤੇ ਥੋੜ੍ਹੇ ਦਿਨ ਲੱਗੇ ਸੀਗੇ, ਉਸਕੇ ਬਾਅਦ ਡੈਥ ਹੋ ਗਈ। ਦੋ ਲੜਕੀ ਹੈ ਜੋ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੈ? ਪ੍ਰਸ਼ਾਸਨ ਤੋਂ ਇਹੀ ਹੈ ਜੀ, ਆਪਕੋ ਪਤਾ ਹੀ ਹੈ ਬਾਕੀ ਸਾਰਾ ਕੁਝ ਜੋ ਹੋਣਾ ਚਾਹੀਏ, ਜੋ ਵੀ ਕਾਰਵਾਈ ਹੈ ਸਰਕਾਰੀ ਕਾਰਵਾਈ ਹੈ ਜੋ ਬਣਨੀ ਚਾਹੀਏ, ਪੈਨਸ਼ਨ ਲੱਗਣੀ ਚਾਹੀਏ, ਜੋ ਹੱਕ ਬਣਦਾ ਹੈ ਘਰ ਵਾਲੋਂ ਕਾ ਉਹ ਹੋਣਾ ਚਾਹੀਏ। ਮੈਂ ਸੂਬੇਦਾਰ ਅਮਰਜੀਤ ਸਿੰਘ, 67 ਇੰਜੀਨੀਅਰ PMS ਯੂਨਿਟ ਹੈ ਸਾਡੀ, ਔਰ ਲੈਸ ਹੌਲਦਾਰ ਹਰਦੀਪ ਸਿੰਘ ਹੈ ਜੋ ਕਿ ਇਹਨਾਂ ਦਾ ਡਰਾਈਵਰ ਟ੍ਰੇਡ ਹੈ, ਔਰ ਸਾਡੀ ਯੂਨਿਟ ਵਿੱਚ ਜਿੰਨਾ ਇਹਨਾਂ ਦੀ ਬਹੁਤ ਤਾਰੀਫ ਹੈ ਕਿ ਜੋ ਵੀ ਮੱਧਵਗੀ ਜਿਹੜਾ ਐਕਸੀਡੈਂਟ ਹੋਇਆ ਹੈ ਉਹਦੇ ਨਾਲ ਸਾਨੂੰ ਬੜਾ ਦੁੱਖ ਹੈ ਕਿ ਇਹਨਾਂ ਦਾ ਜੋ ਵੀ ਐਕਸਪੀਰੀਅੰਸ ਹੈ ਬਹੁਤ ਵਧੀਆ ਸੈਨਿਕ ਹੀ ਸਾਡੀ ਯੂਨਿਟ ਦੇ, ਅਤੇ ਸਾਰਿਆਂ ਨੂੰ ਬੜਾ ਗਮ ਹੈ ਸਾਡੀ ਯੂਨਿਟ ਨੂੰ, ਸਾਡੇ CO ਸਾਹਿਬ ਨੂੰ, ਸਾਡੇ ਸੂਬੇਦਾਰ ਮੇਜਰ ਐਸ ਸਾਹਿਬ ਨੂੰ, ਜੋ ਵੀ ਆ ਮੱਧਵਗੀ ਮਤਲਬ ਜੋ ਐਕਸੀਡੈਂਟ ਹੋਇਆ ਸਾਨੂੰ ਪਰਿਵਾਰ ਦੇ ਵਿੱਚ ਸਾਡੇ ਨਾਲ ਡਿਊਟੀ ਕੀਤੀ ਹੋਈ ਆ ਉਹਨਾਂ ਦੇ ਨਾਲ ਬੜਾ ਹੱਸਦਾ ਖੇਡਦਾ, ਜੋ ਵੀ ਅੱਜ ਤੱਕ ਕੋਈ ਵੀ ਚੀਜ਼ ਦੀ ਉਹਨਾਂ ਨੇ ਕੋਈ ਕਿਸੇ ਨੂੰ ਕਮੀ ਨਹੀਂ ਆਉਣ ਦਿੱਤੀ, ਬਹੁਤ ਹੀ ਵਧੀਆ ਉਹਨਾਂ ਨੇ ਡਿਊਟੀ ਕੀਤੀ ਆ, ਔਰ ਉਹਨਾਂ ਦੇ ਪਰਿਵਾਰ ਦੇ ਨਾਲ ਸਾਡੀ ਯੂਨਿਟ 67 ਇੰਜੀਨੀਅਰ ਹਰਦਮ ਨਾਲ ਖੜੀ ਰਹੀ। ਇਹਨਾਂ ਦੀ ਡੈਥ ਗਏ ਸੀਗੇ ਅਨੰਦਪੁਰ ਸਾਹਿਬ ਮੱਥਾ ਟੇਕਣ, ਅਤੇ ਸੁਬਹਾ ਦੇ ਟਾਈਮ ਆਉਂਦੇ ਸਮੇਂ ਸਪੀਡ ਬ੍ਰੇਕਰ ਨਾਲ ਗੱਡੀ ਯਾਨੀ ਕਿ ਓਵਰ ਸਪੀਡ ਹੋ ਕੇ ਅਤੇ ਟਰੱਕ ਦੇ ਨਾਲ ਟਕਰਾ ਗਈ ਸੀ, ਉਹਦੇ ਕਰਕੇ ਉਹਨਾਂ ਦੀ ਡੈਥ ਹੋ ਗਈ। ਕਿ ਜੋ ਵੀ ਮੱਧਵਗੀ ਜਿਹੜਾ ਐਕਸੀਡੈਂਟ ਹੋਇਆ ਹੈ ਉਹਦੇ ਨਾਲ ਸਾਨੂੰ ਬੜਾ ਦੁੱਖ ਹੈ ਕਿ ਇਹਨਾਂ ਦਾ ਜੋ ਵੀ ਐਕਸਪੀਰੀਅੰਸ ਹੈ ਬਹੁਤ ਵਧੀਆ ਸੈਨਿਕ ਹੀ ਸਾਡੀ ਯੂਨਿਟ ਦੇ, ਅਤੇ ਸਾਰਿਆਂ ਨੂੰ ਬੜਾ ਗਮ ਹੈ ਸਾਡੀ ਯੂਨਿਟ ਨੂੰ, ਸਾਡੇ CO ਸਾਹਿਬ ਨੂੰ, ਸਾਡੇ ਸੂਬੇਦਾਰ ਮੇਜਰ ਐਸ ਸਾਹਿਬ ਨੂੰ, ਜੋ ਵੀ ਆ ਮੱਧਵਗੀ ਮਤਲਬ ਜੋ ਐਕਸੀਡੈਂਟ ਹੋਇਆ। ਭਾਅ ਜੀ ਮੇਰਾ ਛੋਟਾ ਭਰਾ ਹਰਦੀਪ ਸਿੰਘ ਹੈ, ਮੈਂ ਉਹਦਾ ਵੱਡਾ ਭਰਾ ਹਾਂ ਕੁਲਦੀਪ ਸਿੰਘ। ਇਹਨਾਂ ਦੀ ਡੈਥ ਗਏ ਸੀਗੇ ਅਨੰਦਪੁਰ ਸਾਹਿਬ ਮੱਥਾ ਟੇਕਣ, ਅਤੇ ਸੁਬਹਾ ਦੇ ਟਾਈਮ ਆਉਂਦੇ ਸਮੇਂ ਸਪੀਡ ਬ੍ਰੇਕਰ ਨਾਲ ਗੱਡੀ ਯਾਨੀ ਕਿ ਓਵਰ ਸਪੀਡ ਹੋ ਕੇ ਅਤੇ ਟਰੱਕ ਦੇ ਨਾਲ ਟਕਰਾ ਗਈ ਸੀ, ਉਹਦੇ ਕਰਕੇ ਉਹਨਾਂ ਦੀ ਡੈਥ ਹੋ ਗਈ। ਪਹਿਲੇ ਤਾਂ ਕਮਾਂਡ ਹੋਸਪਿਟਲ 'ਤੇ ਥੋੜ੍ਹੇ ਦਿਨ ਲੱਗੇ ਸੀਗੇ, ਉਸਕੇ ਬਾਅਦ ਡੈਥ ਹੋ ਗਈ। ਦੋ ਲੜਕੀ ਹੈ ਜੋ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੈ? ਪ੍ਰਸ਼ਾਸਨ ਤੋਂ ਇਹੀ ਹੈ ਜੀ, ਆਪਕੋ ਪਤਾ ਹੀ ਹੈ ਬਾਕੀ ਸਾਰਾ ਕੁਝ ਜੋ ਹੋਣਾ ਚਾਹੀਏ, ਜੋ ਵੀ ਕਾਰਵਾਈ ਹੈ ਸਰਕਾਰੀ ਕਾਰਵਾਈ ਹੈ ਜੋ ਬਣਨੀ ਚਾਹੀਏ, ਪੈਨਸ਼ਨ ਲੱਗਣੀ ਚਾਹੀਏ, ਜੋ ਹੱਕ ਬਣਦਾ ਹੈ ਘਰ ਵਾਲੋਂ ਕਾ ਉਹ ਹੋਣਾ ਚਾਹੀਏ। ਮੈਂ ਸੂਬੇਦਾਰ ਅਮਰਜੀਤ ਸਿੰਘ, 67 ਇੰਜੀਨੀਅਰ PMS ਯੂਨਿਟ ਹੈ ਸਾਡੀ, ਔਰ ਲੈਸ ਹੌਲਦਾਰ ਹਰਦੀਪ ਸਿੰਘ ਹੈ ਜੋ ਕਿ ਇਹਨਾਂ ਦਾ ਡਰਾਈਵਰ ਟ੍ਰੇਡ ਹੈ, ਔਰ ਸਾਡੀ ਯੂਨਿਟ ਵਿੱਚ ਜਿੰਨਾ ਇਹਨਾਂ ਦੀ ਬਹੁਤ ਤਾਰੀਫ ਹੈ ਕਿ ਜੋ ਵੀ ਮੱਧਵਗੀ ਜਿਹੜਾ ਐਕਸੀਡੈਂਟ ਹੋਇਆ ਹੈ ਉਹਦੇ ਨਾਲ ਸਾਨੂੰ ਬੜਾ ਦੁੱਖ ਹੈ ਕਿ ਇਹਨਾਂ ਦਾ ਜੋ ਵੀ ਐਕਸਪੀਰੀਅੰਸ ਹੈ ਬਹੁਤ ਵਧੀਆ ਸੈਨਿਕ ਹੀ ਸਾਡੀ ਯੂਨਿਟ ਦੇ, ਅਤੇ ਸਾਰਿਆਂ ਨੂੰ ਬੜਾ ਗਮ ਹੈ ਸਾਡੀ ਯੂਨਿਟ ਨੂੰ, ਸਾਡੇ CO ਸਾਹਿਬ ਨੂੰ, ਸਾਡੇ ਸੂਬੇਦਾਰ ਮੇਜਰ ਐਸ ਸਾਹਿਬ ਨੂੰ,
ਜੋ ਵੀ ਆ ਮਤਬੰਗੀ ਮਤਲਬ ਜੋ ਐਕਸੀਡੈਂਟ ਹੋਇਆ ਸਾਨੂੰ ਪਰਿਵਾਰ ਦੇ ਵਿੱਚ ਸਾਡੇ ਨਾਲ ਡਿਊਟੀ ਕੀਤੀ ਹੋਈ ਆ ਉਹਨਾਂ ਦੇ ਨਾਲ ਬੜਾ ਹੱਸਦਾ ਖੇਡਦਾ ਜੋ ਵੀ ਅੱਜ ਤੱਕ ਕੋਈ ਵੀ ਚੀਜ਼ ਦੀ ਉਹਨਾਂ ਨੇ ਕੋਈ ਕਿਸੇ ਨੂੰ ਕਮੀ ਨਹੀਂ ਆਉਣ ਦਿੱਤੀ ਬਹੁਤ ਹੀ ਵਧੀਆ ਉਹਨਾਂ ਨੇ ਡਿਊਟੀ ਕੀਤੀ ਆ ਔਰ ਉਹਨਾਂ ਦੇ ਪਰਿਵਾਰ ਦੇ ਨਾਲ ਸਾਡੀ ਯੂਨਿਟ 67 ਇੰਜੀਨੀਅਰ ਹਰਦਮ ਨਾਲ ਖੜ੍ਹੀ ਰਹੇ।